ਜਿਵੇਂ ਆਪਣੀ ਚਾਈਨੀਜ਼ ਡੋਰ ਜਿਵੇਂ ਪਲਾਸਟਿਕ ਮੋਨੋਕਾਈਟ ਵਰਗੀ ਡੋਰ ਹੁੰਦੀ ਨਾ, ਉਹਨਾਂ ਨੂੰ ਵੀ ਮਾਦੇ ਨਾਲ ਹੀ ਡੋਰ ਆਵੇ। ਸਾਡੇ ਪਿੰਡ ਬਹੁਤ ਜਲਦੀ 4 ਵਜੇ ਉਹ ਕਿੰਨੇ 20 ਲੱਗ। ਹੋਰ ਫਿਰ ਮੁੰਡਾ ਕੀ ਹਾਲ ਚਾਲ ਆ? ਅੱਜ ਸਵੇਰ 3:00 ਵਜੇ ਤੇ 18 ਮਿੰਟ ਹੋ ਗਏ ਆ ਤੇ ਮੇਰੀ ਅੱਜ ਨੀਂਦ ਗਈ ਜਲਦੀ ਖੁੱਲ, ਇਸ ਕਰਕੇ ਮੈਂ ਜਲਦੀ ਉੱਠ ਗਿਆ ਤੇ ਹੁਣ ਮੈਂ ਸੋਚਿਆ ਚੱਲ ਦੂਸਰੇ ਆਪਣਾ ਜਿਹੜਾ ਦੂਜਾ ਚੈਨਲ ਹੈਗਾ YT ਸਟੇਸ਼ਨਰੀ ਉਹਦੇ ਲਈ ਵੀਡੀਓ ਬਣਾ ਲਈ ਜਾਵੇ, ਕਿਉਂਕਿ ਉੱਤੇ ਵੀ ਵਾਹਵਾ ਦਿਨਾਂ ਦੀ ਵੀਡੀਓ ਆ ਨਹੀਂ ਰਹੀ ਹੈ। ਇਸ ਲਈ ਉੱਤੇ ਆਹ ਦੇਖੋ ਹਾਊਜ਼ਰ ਦਾ ਐਕਸੋ ਪੈਨ ਅਤੇ ਆਹ ਵਾਲੀ ਓਨੋਮੈਕਸ ਦਾ ਨਿਓਨ ਪੈਨ, ਇਹਨਾਂ ਦੋਨਾਂ ਦੇ ਕੰਪੈਰੀਜ਼ਨ ਵੀਡੀਓ ਬਣਾਵਾਂਗੇ ਅਤੇ ਜਲਦੀ ਤੁਹਾਨੂੰ ਆਪਣੇ ਦੂਜੇ ਚੈਨਲ 'ਤੇ ਦੇਖਣ ਨੂੰ ਮਿਲ ਜੀ। ਦੂਜੇ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ 'ਤੇ ਮੈਂਸ਼ਨ ਕਰ ਦੂੰਗਾ, ਉੱਥੇ ਤੁਸੀਂ ਜਾ ਕੇ ਤੁਸੀਂ ਉਹ ਦੂਜੇ ਚੈਨਲ ਵੀ ਸਬਸਕ੍ਰਾਈਬ ਕਰ ਲਓ ਅਤੇ ਸਟੇਸ਼ਨਰੀ ਦੀ ਵੀਡੀਓ ਦੇਖਣ ਦੇ ਤੁਸੀਂ ਜੇ ਚਾਹਵਾਨ ਤਾਂ ਉਹ ਸਟੇਸ਼ਨਰੀ ਰਿਲੇਟਡ ਵੀਡੀਓ ਦੇਖਿਆ ਕਰੋ, ਉੱਥੋਂ ਤੁਹਾਨੂੰ ਸਾਰੀ ਤਰ੍ਹਾਂ ਦੀ ਸਟੇਸ਼ਨਰੀ ਦੀ ਵੀਡੀਓ ਦੀ ਅਪਡੇਟ ਤੁਹਾਨੂੰ ਮੈਂ ਸਾਰਿਆਂ ਨਾਲ ਪਹਿਲਾਂ ਦੇ ਦਿੰਦਾ ਅਤੇ ਇਸ ਕਰਕੇ ਮੈਂ ਹੁਣ ਪਹਿਲਾਂ ਸਾਰਿਆਂ ਨਾਲ ਪਹਿਲਾਂ ਵੀਡੀਓ ਬਣਾਉਂਦਾ ਅਤੇ ਆਪ ਮੇਰਾ ਇੱਥੋਂ ਸੈਟਅਪ ਦੇਖਣਾ ਚਾਹੁੰਦੇ ਥੋੜ੍ਹਾ ਮੈਂ ਤੁਹਾਨੂੰ ਦਿਖਾ ਦਿੰਦਾ ਸੈਟਅਪ ਮੇਰਾ ਕਿਸ ਤਰ੍ਹਾਂ ਜਿੱਥੇ ਮੈਂ ਵੀਡੀਓ ਬਣਾਉਂਦਾ। ਹੁਣ ਮੈਂ ਤੁਹਾਨੂੰ ਆਪਦਾ ਸੈਟਅਪ ਦਿਖਾ ਦਿੰਦਾ ਜਿੱਥੇ ਮੈਂ ਆਪਦੀ ਸਟੇਸ਼ਨ ਰਿਲੇਟਡ ਜਿਹੜੀ ਵੀਡੀਓ ਉਹਨਾਂ ਨੂੰ ਸ਼ੂਟ ਕਰਦਾ, ਉਹ ਤੁਹਾਨੂੰ ਮੈਂ ਸੈਟਅਪ ਦਿਖਾਉਂਦਾ ਕਿਸ ਤਰ੍ਹਾਂ ਮੈਂ ਸ਼ੂਟ ਕਰਦਾ ਅਤੇ ਕਿਸ ਤਰ੍ਹਾਂ ਜਗ੍ਹਾ ਹੈਗੀ ਆ ਉਹ ਸਾਰਾ ਦਿਖਾਉਂਦਾ ਤੁਹਾਨੂੰ ਮੈਂ ਹੁਣ ਇਸ ਟਾਈਮ। ਆਹ ਦੇਖੋ ਆਹ ਟੇਬਲ ਆ, ਇਹਦੇ ਉੱਤੇ ਆਪਣਾ ਸਮਾਨ ਇਸ ਤਰ੍ਹਾਂ ਰੱਖਿਆ ਹੁੰਦਾ ਅਤੇ ਇੱਥੇ ਮੈਂ ਖੜ ਕੇ ਆਹ ਵੀਡੀਓ ਸ਼ੂਟ ਕਰਦਾ ਸਾਰੀ ਆਪਣੀ, ਅਤੇ ਆਹ ਆਪਣਾ ਸਟੈਂਡ ਹੈਗਾ ਜਿਹਦੇ ਉੱਤੇ ਆਪਣਾ ਇੱਥੇ ਕੈਮਰਾ ਆਪਣਾ ਫੋਨ ਆਪਣਾ ਫਿੱਟ ਹੋ ਜਾਂਦਾ, ਆਪਣਾ ਮਾਈਕ ਹੈਗਾ ਕਾਫੀ ਵਧੀਆ ਤਰ੍ਹਾਂ ਕੁਆਲਿਟੀ ਦਾ ਮਾਈਕ ਆਪਾਂ ਨੂੰ ਮਿਲਿਆ ਸੀ। ਆਪਾਂ ਨੂੰ 1500 ਰੁਪਏ ਦਾ ਇੱਕ ਮਾਈਕ ਪਿਆ ਸੀ ਜੋ ਆਪਾਂ ਔਨਲਾਈਨ ਮੰਗਾਇਆ ਸੀ, ਰਿਟੇਲ ਵੈਸੇ ਆਪਾਂ ਨੋਰਮਲ ਬਾਜ਼ਾਰ ਦੇ ਵਿੱਚ ਮਿਲਦਾ ਨਹੀਂ, ਔਨਲਾਈਨ ਮੈਂ ਮੰਗਾਇਆ ਸੀ। 1500 ਰੁਪਏ ਦਾ ਆਪਾਂ ਨੂੰ ਪਿਆ ਸੀ ਮਾਈਕ ਇਹ, ਅਤੇ ਇੱਥੇ ਆਪਣੀ ਵੀਡੀਓ ਸ਼ੂਟ ਹੁੰਦੀ ਆ। ਆਪਣਾ ਸਟੈਂਡ ਹੈਗਾ ਜਿਹੜਾ ਆਪਣਾ 3500 ਰੁਪਏ ਦਾ ਸਟੈਂਡ ਆਪਾਂ ਨੂੰ ਪੂਰਾ ਵੱਡਾ ਮਿਲਿਆ ਸੀ, ਇਹਦਾ ਬਸ ਆਪਾਂ ਨੂੰ ਇਹ ਫਾਇਦਾ ਕਿਉਂਕਿ ਆਪਾਂ ਨੂੰ ਇਸ ਤਰ੍ਹਾਂ ਡੰਡਾ ਆਪਾਂ ਨੂੰ ਮਿਲ ਜਾਏ ਜੋ ਆਪਣਾ ਸਟੈਂਡ ਆਪਾਂ ਟੇਢਾ ਕਰਕੇ ਲਾ ਸਕਦੇ ਹਾਂ। ਇੱਥੇ ਹੁਣ ਆਪਣੀ ਵੀਡੀਓ ਸ਼ੂਟ ਹੁੰਦੀ ਹੈ ਅਤੇ ਗਾਇਸ ਮੈਂ ਪਹਿਲਾਂ ਸਾਰਿਆਂ ਨਾਲ ਪਹਿਲਾਂ ਆਪਣੀ ਵੀਡੀਓ ਸ਼ੂਟ ਕਰ ਲੈਂਦਾ, ਉਸ ਤੋਂ ਬਾਅਦ ਤੁਹਾਨੂੰ ਮੈਂ ਫਿਰ ਮਿਲਦਾ। ਹੁਣ ਸਵੇਰ ਦੇ 5 ਵੱਜ ਗਏ ਆ ਅਤੇ ਵੀਡੀਓ ਵੀ ਮੈਂ ਬਣਾਈ ਦਿੱਤੀ, 3 ਘੰਟੇ 2.5 ਘੰਟੇ ਦੇ ਵਿੱਚ ਵੀਡੀਓ ਮੇਰੀ ਆਪਣੀ ਬਣ ਕੇ ਤਿਆਰ ਹੋ ਗਈ ਹੈ। ਅਤੇ ਆਹ ਦੇਖੋ ਕੁਛ ਮੈਂ ਤੁਹਾਨੂੰ ਦਿਖਾ ਦਿੰਦਾ ਕੁਛ ਇਸ ਤਰ੍ਹਾਂ ਆਪਾਂ ਵੀਡੀਓ ਬਣਾਈ ਆ, ਆਪਣਾ ਪੈਨ ਆਪਾਂ ਚਲਾ ਕੇ ਦੇਖੇ ਕਿਸ ਤਰ੍ਹਾਂ ਪੈਨ ਚੱਲਦੇ ਸਾਰੇ, ਅਤੇ ਬਾਕੀ ਹੁਣ ਆਪਾਂ ਤੁਹਾਨੂੰ ਵੀਡੀਓ ਬਸ ਐਡਿਟ ਕਰਨ ਨੂੰ ਰਹਿ ਗਈ, ਉਹ ਆਪਾਂ ਐਡਿਟ ਕਰਕੇ ਵੀਡੀਓ ਉਸ ਤੋਂ ਬਾਅਦ ਤੁਹਾਨੂੰ ਮੈਂ 1 ਜਾਂ 2 ਦਿਨ ਤੱਕ ਆਪਣੇ ਦੂਸਰੇ YT ਸਟੇਸ਼ਨਰੀ ਚੈਨਲ 'ਤੇ ਆਪਾਂ ਅਪਲੋਡ ਕਰ ਦਾਂਗੇ, ਉੱਥੇ ਜਾ ਕੇ ਤੁਸੀਂ ਉਹ ਵੀਡੀਓ ਨੂੰ ਦੇਖ ਸਕਦੇ। ਅਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ, ਜੋ ਕਿ ਮੈਨੂੰ ਵੀ ਮੋਟੀਵੇਸ਼ਨ ਮਿਲਿਆ ਰਹੇ। ਇਸ ਕਰਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਵੱਧ ਤੋਂ ਵੱਧ ਕਰਿਆ ਕਰੋ ਅਤੇ ਵੀਡੀਓ ਲਾਈਕ ਜ਼ਰੂਰ ਕਰਦਿਆ ਕਰੋ। ਆਪਣੇ ਵਲੋਗਿੰਗ ਚੈਨਲ ਹੈ, ਇਹਨੂੰ ਵੱਧ ਤੋਂ ਵੱਧ ਸਪੋਰਟ ਕਰੋ ਪਲੀਜ਼ ਗਾਈਸ। ਅਤੇ ਗਾਈਸ ਹੁਣ ਮਿਲਦੇ ਆਪਾਂ ਥੋੜ੍ਹੀ ਦੇਰ ਦੇ ਵਿੱਚ, ਪਹਿਲਾਂ ਆਪਾਂ ਇੱਕ ਵਾਰੀ ਆਹ ਜਿਹੜਾ ਆਪਾਂ ਸੈਟਅਪ ਜਿਹੜਾ ਸਮਾਨ ਆਪਾਂ ਖਿਲਾਰਾ ਪਾਇਆ ਇਹਨੂੰ ਇੱਕ ਵਾਰੀ ਚੱਕ ਦੇਈਏ, ਉਸ ਤੋਂ ਬਾਅਦ ਫਿਰ ਤੋਂ ਆਪਾਂ ਤੁਹਾਨੂੰ ਮਿਲਦਾ ਮੈਂ ਫਿਰ ਆ। ਆ ਸੂਰਜ ਬੜਾ ਸੋਹਣਾ ਨਿਕਲਿਆ ਵੇਖੋ, ਪੂਰਾ ਚਮਕਦਾਰ ਸੂਰਜ ਛੋਟਾ ਆ। ਤਾਂ ਵੀ ਨਹਾ ਧੋ ਕੇ ਆਪਾਂ ਹੋ ਗਏ ਤਿਆਰ ਦੁਕਾਨ 'ਤੇ ਜਾਣ ਲਈ। ਵਾਲ ਤਾਂ ਮੈਂ ਵਾਹੁਣੇ ਨਹੀਂ ਕਿਉਂਕਿ ਮੈਂ ਟੋਪੀ ਪਾ ਲੈਣੀ, ਇਸ ਕਰਕੇ ਵਾਲ ਦਾ ਬਾਹਰ ਦਿਖਦੇ ਨਹੀਂ, ਇਸ ਕਰਕੇ ਮੈਂ ਹੁਣ ਟੋਪੀ ਪਾ ਲੈਣੀ ਹੈ ਵਾਲਾਂ ਦੇ ਕੁਛ ਇਸ ਤਰ੍ਹਾਂ ਦੇ। ਆ ਦੇਖੋ ਟੋਪੀ ਪਾ ਲੈਣ ਅਤੇ ਵਾਲ ਪੂਰੇ ਲੁੱਕ ਜਾਣਗੇ। ਇਸ ਲਈ ਆਪਾਂ ਨਹਾ ਧੋ ਕੇ ਹੁਣ ਤੋਂ ਰੈਡੀ ਹੋ ਗਏ, ਹੁਣ ਆਪਾਂ ਚੱਲਦੇ ਦੁਕਾਨ 'ਤੇ ਅਤੇ ਤੁਹਾਨੂੰ ਮੈਂ ਰਸਤਾ ਦਿਖਾਉਂਦਾ ਹੈਗਾ ਕਿੱਦਾਂ ਦਾ ਹੈਗਾ ਸਾਡੇ ਦੁਕਾਨ 'ਤੇ ਪਹੁੰਚਣ ਤੱਕ, ਅਤੇ ਸਾਰੇ ਰਸਤੇ ਨੂੰ ਵਿਜ਼ਿਟ ਕਰਾਉਣਾ, ਰਸਤੇ 'ਚ ਕੀ ਕੁਛ ਹੁੰਦਾ ਉਹ ਵੀ ਤੁਹਾਨੂੰ ਦਿਖਾਉਣਾ। ਆਹ ਦੇਖੋ ਆਹ ਰਸਤਾ ਆਪਣੇ ਜਾਣ ਦਾ ਦੁਕਾਨ 'ਤੇ, ਇੱਥੋਂ ਸਿੱਧਾ ਜਾ ਕੇ ਉਸ ਤੋਂ ਬਾਅਦ ਆਏ ਮੋੜਨ ਤੋਂ ਬਾਅਦ ਉੱਧਰਲੇ ਪਾਸੇ ਮੇਨ ਰੋਡ ਆ ਜੋ ਮੋਗਾ ਰੋਡ, ਉੱਥੇ ਮੋਗਾ ਰੋਡ 'ਤੇ ਇੱਕ ਦੁਕਾਨ ਪਹਿਲੇ ਉੱਥੇ ਜਾ ਕੇ, ਉਸ ਤੋਂ ਬਾਅਦ ਪਤੰਗਾਂ ਵਾਲੀ ਦੁਕਾਨ 'ਤੇ ਚੱਲਾਂਗੇ, ਫਿਰ ਉਹ ਦੁਕਾਨ ਖੋਲ੍ਹਾਂਗੇ ਅਤੇ ਆ ਮਗਰ ਤੁਹਾਨੂੰ ਦਿਖਾਵਾਂ ਮੈਂ ਆਹ ਜੈਨ ਸਕੂਲ ਆ ਅਤੇ ਆ ਬਾਕੀ ਅੱਜ ਧੁੱਪ ਵੀ ਵਧੀਆ ਨਿਕਲੀ ਵੀ ਆ, ਸਕੂਲ ਸਕਾਲ ਵੀ ਜਵਾਕਾਂ ਦੇ ਲੱਗ ਹੀ ਗਏ ਆ। ਕੁਛ ਮੈਂ ਵੀ ਅੱਜ ਲੇਟ ਹੋ ਗਿਆ ਦੁਕਾਨ 'ਤੇ ਜਾਣ ਵੇਲੇ, 9 ਤੋਂ 3 ਟਾਈਮ ਹੋ ਚੁੱਕਾ ਹੈਗਾ। ਅਤੇ ਆਹ ਕੁਛ ਆਪਣਾ ਇਸ ਤਰ੍ਹਾਂ ਦਾ ਰਸਤਾ ਹੈਗਾ, ਆਹ ਸਕੂਲ ਦੀ ਵੈਨ ਆ ਤੁਹਾਨੂੰ ਮੈਂ ਦਿਖਾਉਂਦਾ ਜਾਂਦੀ ਹੋਈ ਰਸਤੇ ਵਿੱਚ, ਆਹ ਸਕੂਲ ਦੀ ਵੈਨ ਜਾਈ ਜਾਂਦੀ ਰਸਤੇ ਵਿੱਚ। ਆਹ ਦੇਖੋ ਆਹ ਬਾਈ ਹੁਣ ਪਤੰਗ ਵਾਲੀ ਦੁਕਾਨ 'ਤੇ ਚੱਲੇ ਹਾਂ, ਹੁਣ ਜਾ ਕੇ ਪਤੰਗ ਵਾਲੀ ਦੁਕਾਨ ਪਹਿਲਾਂ ਖੋਲ੍ਹਦੇ ਹਾਂ, ਉਸ ਤੋਂ ਬਾਅਦ ਸਾਰੀ ਦੁਕਾਨ ਲਾਉਣੀ ਵੀ ਆ। ਉਹ ਸਾਹਮਣੇ ਜਿਹੜੀ ਗੱਡੀ ਖੜੀ ਉੱਥੇ ਪਤੰਗ ਵਾਲੀ ਦੁਕਾਨ ਆ, ਉੱਥੇ ਜਾ ਕੇ ਹੁਣ ਪਹਿਲਾਂ ਦੁਕਾਨ ਖੋਲ੍ਹ ਕੇ ਲਾ ਕੇ ਉਸ ਤੋਂ ਬਾਅਦ ਫਿਰ ਤੁਹਾਨੂੰ ਦੁਕਾਨਾਂ, ਕੋਈ ਮਾਲ ਵੀ ਅੱਜ ਆਉਣ ਵਾਲਾ ਹੈਗਾ, ਨਵਾਂ ਮਾਲ ਵੀ ਆਉਣਾ ਹੈਗਾ, ਉਹ ਵੀ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ ਤੁਹਾਨੂੰ ਦਿਖਾਵਾਂਗੇ ਨਵਾਂ ਮਾਲ ਕਿਹੜਾ ਕਿਹੜਾ ਆਊਗਾ ਪਤੰਗਾਂ ਦਾ। ਬਹੁਤ ਵਧੀਆ ਵਰਾਇਟੀ ਆਉਣ ਵਾਲੀ ਆ। ਆਹ ਪੂਰਾ ਚੌਂਕ ਤੱਕ ਜਾਮ ਲੱਗਾ ਹੋਇਆ ਅੱਜ ਬਾਗੇ ਬਣੇ ਦੇ ਵਿੱਚ। ਆਹ ਦੇਖੋ ਸਾਡੇ ਦੁਕਾਨ ਦੇ ਮੂਹਰੇ ਬਿਲਕੁਲ ਜਾਮ ਲੱਗਾ ਹੋਇਆ ਅਤੇ ਦੁਕਾਨ ਤਾਂ ਮੈਂ ਲਾ ਦਿੱਤੀ ਹੈ, ਅਤੇ ਆਹ ਵੇਖੋ ਇਸ ਪਤੰਗ ਨੂੰ ਸਾਰੇ ਲਾ ਲੁ ਕੇ ਮੈਂ ਓਕੇ ਕਰਤੀ ਦੁਕਾਨ, ਹੁਣ ਬਸ ਕੁਛ ਜਾਮ ਲੱਗਾ ਹੋਇਆ ਅਤੇ ਮਾਲ ਵੀ ਆਪਣਾ ਆਉਣ ਵਾਲੀ ਆ ਰਸਤੇ ਦੇ ਵਿੱਚ ਹੀ ਆ, ਅਤੇ ਜਾਮ ਵੇਖੋ ਗਾਇਸ ਕਾਫੀ ਜ਼ਿਆਦਾ ਜਾਮ ਲੱਗਾ। ਕਾਲੇ ਕਾਲਾ ਰੋਡ ਆ ਸਾਹਮਣੇ, ਇੱਧਰ ਆ ਜਿਹੜਾ ਟਰਾਲਾ ਖੜਾ ਸਾਹਮਣੇ ਕਾਲੇ ਕਾ ਰੋਡ ਆ, ਆਹ ਇੱਧਰ ਚੌਂਕ ਵੱਲ ਨੂੰ ਆ ਸੜਕ ਜਾਂਦੀ ਸਿੱਧੀ, ਇੱਥੇ ਜਾਮ ਲੱਗਾ ਵਿਆ ਪੂਰਾ। ਆਹ ਦੇਖੋ ਗਾਇਸ ਕਾਫੀ ਜ਼ਿਆਦਾ ਜਾਮ, ਉੱਥੋਂ ਦੂਰ ਤੱਕ ਉਹ ਦੇਖੋ ਗੱਡੀਆਂ ਕਿੰਨੀ ਵਾਰ ਤੱਕ ਜਾਮ ਦੀ ਗੱਡੀਆਂ ਲੱਗੀਆਂ ਹੋਈਆਂ, ਆਹ ਪੂਰਾ ਜਾਮ ਲੱਗਾ ਵਿਆ ਲਾਗੇ ਪੁਰਾਣੇ ਦਿਨਾਂ ਵਿੱਚ। ਆਹ ਪੂਰਾ
ਆਪਾਂ ਬਾਗੇ ਪੁਰਾਣੇ ਦੇ ਬੱਸ ਸਟੈਂਡ ਦੇ ਵਿੱਚ ਹੀ ਹੋ ਕੇ ਆਪਾਂ ਪਤੰਗਾਂ ਦੀ ਦੁਕਾਨ 'ਤੇ ਆਪਾਂ ਚੱਲਾਂਗੇ। ਇੱਥੋਂ ਹੀ ਚੱਲਦੇ ਹੁਣ ਆਪਾਂ, ਇਸ ਤੋਂ ਬਾਅਦ ਹੁਣ ਆਪਾਂ ਪਤੰਗਾਂ ਦੀ ਦੁਕਾਨ 'ਤੇ ਚੱਲਾਂਗੇ। ਆ ਪੂਰਾ ਬੱਸ ਸਟੈਂਡ ਦਾ ਵਿਊ ਆ ਦੇਖੋ ਤੁਸੀਂ ਗਾਇਸ। ਬਚਦੇ ਹੋਏ ਅਸੀਂ ਗਲੀਆਂ ਵਿੱਚ ਨਹੀਂ ਹੋ ਕੇ ਆਏ ਹਾਂ, ਜਾਮ ਤੋਂ ਸਾਨੂੰ ਪੈਣਾ ਨਾ ਪੈ, ਜਾਮ 'ਤੇ ਸਾਨੂੰ ਟਾਈਮ ਬਹੁਤ ਲੱਗ ਜਾਣਾ ਸੀਗਾ, ਇਸ ਕਰਕੇ ਅਸੀਂ ਗਲੀਆਂ ਵਿੱਚ ਨਹੀਂ ਹੋ ਕੇ ਹੁਣ ਦੁਕਾਨ 'ਤੇ ਚੱਲੀ ਜਾਂਦੇ। ਬਸ ਥੋੜ੍ਹੇ ਟਾਈਮ ਹੁਣ ਦੁਕਾਨ 'ਤੇ ਪਹੁੰਚਣ, ਦੁਕਾਨ 'ਤੇ ਪਹੁੰਚ ਕੇ ਫਿਰ ਗੱਲ ਕਰਦੇ। ਇਹਨੂੰ ਪੰਜ ਪੰਜ ਵਾਲੇ ਦੇ ਦੇ ਬਸ, ਆਹ ਕਿੰਨੇ ਕੱਢਦੇ ਗਿਣਤੀ ਜਿੰਨੇ ਲੈਣੇ ਨੇ, ਇਹ ਪੰਜਾਂ ਦਾ ਹਾਂ 100 ਦੇ 20 ਆਉਣੇ, ਤੈਨੂੰ 220 ਤਾਂ ਨਿਕਲੇ, ਹਾਂ 100 ਦੇ ਇੱਕ ਵਾਰੀ ਇਹ ਲਿਆ, ਉਦੋਂ ਬਾਅਦ ਤੈਨੂੰ ਹੋਰ ਵਰਾਇਟੀ ਦਿੰਦੇ। ਫਿਰ ਡੋਰ ਕਿਹੜੀ ਲੈਣੀ ਦੱਸ, ਕਿਹੜੀ ਡੋਰ, ਧਾਗਾ ਕੀ ਪਤੰਗਾਂ ਨੂੰ, ਪਤੰਗ ਤੁਹਾਨੂੰ ਸਾਡੇ ਕੋਲ ਬੇਸਾ ਪਟੰਗੇ ਵਿਆਹ ਪੁਲਿਸ ਵਾਲੇ ਕੀ ਕਹਿ ਦੇਣਗੇ, ਪਤੰਗ ਨੂੰ ਨਹੀਂ ਕੁਛ ਕਹਿ ਸਕਦੇ, ਡੋਰ ਨਾ ਲੈ ਕੇ ਜਾਈ, ਬਸ ਗਲਤ ਕੰਮ ਨਾ ਕਰੀਏ। ਹੈਗੀ ਸੀ ਉਹ ਤਾਂ ਹੁਣ ਜਿਹੜੀ ਪਈ ਹੈ ਘਰਾਂ 'ਚ, ਤੁਹਾਨੂੰ ਨਹੀਂ ਕੁਛ ਕਹਿੰਦੇ, ਧਾਗੇ ਵਾਲੀ ਉਡਾ ਉਹ ਸਾਰਿਆਂ ਨਾਲੋਂ ਬੈਸਟ ਡੋਰ ਹੁੰਦੀ ਆ, ਨਾਲੇ ਉਂਗਲਾਂ ਵਢਾਉਂਦੇ ਉਹਦੇ ਨਾਲ, ਉਹਦਾ ਫਾਇਦਾ ਕੋਈ ਨਹੀਂ। ਉਹ ਧਾਗਾ ਲੈ ਗਿਆ ਕਿਹੜਾ, ਤੁੱਕਲ 100 ਰੁਪਏ ਦਾ, ਉਹ ਵੱਡਾ ਪਤੰਗ ਸੋਹਣਾ ਬੜਾ ਉੱਡਦਾ ਇਹ, ਜੇ ਉਹ ਲੈਣਾ ਉਹ ਕਾਗਜ਼ ਵਾਲਾ, ਉਹ ਦੇਖੋ ਉਹ ਪਿਆ 15 ਵਾਲਾ ਹੈਗਾ, ਉਹ ਲੈਣਾ ਤਾਂ ਉਹ ਲੈ ਲਾ, ਨਹੀਂ ਉਹ 20 ਦਾ ਪਰਲਾ, ਉਰਲਾ ਨਹੀਂ ਆਹ ਉਪਰਲਾ 15, ਆਹ ਵਾਲਾ 15 ਦਾ ਉਰਲਾ, ਇਹ 20 ਦਾ ਕੁਛ ਨੀ ਹੁੰਦਾ, ਤੀਲ ਟੁੱਟੀ ਲੈ ਲਾ ਬਸ, ਉਹੀ ਦੇ ਦੇ ਰਾਮੇ ਬੱਕਰ ਦੀ ਗਿਣਤੀ ਵਿੱਚ, ਕੁਛ ਨੀ ਹੁੰਦਾ, ਇਹਦੇ ਪੈਸੇ ਪੋਏ ਨਾ ਲਾਈ ਬਸ, ਉਹੀ ਦੇ ਦੇ ਕੋਈ ਨੀ, ਸਾਈਡ ਤੇ ਰੱਖ ਲੈ ਜਾ ਬਸ, ਇਹ ਵੀ ਚੱਕ ਕੇ ਕੋਈ ਨੀ, ਪਤੰਗ ਵੰਡਣੇ ਆ ਬਸ, ਇਹੋ ਹੀ ਕਰਨੀ ਹੁਣ ਤਾਂ ਪਤੰਗਾ ਦੀ, ਮੂਸੇਵਾਲ ਤਾਂ ਪਹਿਲੀ ਬੋਰਡ ਦਾ ਹੈਗਾ, ਇਹਨੂੰ ਫੜਾ ਪਤੰਗ ਤਾਂ ਇਹਨੂੰ ਫੜਾਈ ਚੱਲ ਬਸ, ਤੂੰ ਗਿਣਤੀ ਕਰਦੇ ਇਹਨੂੰ ਫੜਾਈ ਚੱਲ, ਇਹਨੂੰ ਬਸ ਦੇ ਦੇ, ਹਾਂ ਹੁਣ ਪੰਜਾਹਾਂ ਦੇ ਹੋਰ ਲੈ ਲਾ, ਕਿਹੜੇ ਲੈਣੇ, ਇਹ 20 ਰੁਪਏ ਦਾ, ਇੱਕ ਇਹ ਵੀ ਲੈ ਲਾ, ਇਹ ਘੈਂਟ ਹੀ ਆ ਮੂਸੇਵਾਲਾ, ਇਹਨੂੰ ਵੱਡਾ ਦੇ ਦੇ ਮੂਸੇਵਾਲਾ 10 ਵਾਲਾ, ਕੁਛ ਨੀ ਹੁੰਦਾ ਲੈ ਲਾ, ਤਿੰਨ ਚਾਰ ਵਰਾਇਟੀਆਂ ਲੈਣਾ ਤੇਰੇ ਮਿਕਸ ਹੋ ਜਾਣੀ ਬਸ, ਪੈਸੇ ਦੇ ਕੇ ਤੇ ਨਾਲ ਦੀਆਂ ਪਤੰਗ ਉਡਾਉਣ ਵਾਲਾ ਬਣ, ਹੁਣ ਤਾਂ ਜਾ ਕੇ ਹਨੇਰੀ ਲਿਆ ਦੇ ਉੱਥੇ, ਕੱਲਾ ਬਤ ਹੈ ਕਿਹੜਾ ਪੂਛੀ ਵਾਲਾ, ਉਹ 50 ਦਾ ਹੈਗਾ, ਆਹ ਵੱਡਾ ਲੈ ਜਾ ਆਹ ਵਾਲਾ, ਉਹ ਦੇਖ ਕੰਮ ਤੇ ਆ ਬਸ, ਲੈ ਗਏ ਨਗ ਵੀ ਆ ਗਏ, ਪਤੰਗ ਵੀ ਆ ਗਿਆ, ਮਾਲ ਵੀ ਆ ਗਿਆ, ਹੁਣ ਬਸ ਆਹ ਮਾਲ ਲਵਾਉਂਦੇ ਹਾਂ, ਦੇਖੋ ਆਹ ਪਤੰਗ ਵੀ ਆ ਗਿਆ ਆਪਣਾ ਰੇੜੇ 'ਤੇ, ਇਹਦਾ ਮਾਲ ਲਵਾਉਂਦੇ ਹਾਂ, ਉਹਨਾਂ 'ਚ ਪਤੰਗ ਹੀ ਸਾਰਾ ਪਲਾਸਟਿਕ ਵਾਲਾ, ਮੂਸੇ ਵਾਲਾ ਹੋਰ ਵਰਾਇਟੀਆਂ ਵਾਧੂ, ਬਾਕੀ ਇਹ ਮਾਲ ਖੋਲ੍ਹ ਕੇ ਹੁਣ ਲਵਾਉਂਦੇ ਹਾਂ ਇੱਕ ਵਾਰੀ, ਉਦੋਂ ਬਾਅਦ ਇਹਨੇ ਕੀ ਬਣਦਾ ਇਹਦੇ ਵਿੱਚ ਕੀ ਨਿਕਲਦਾ ਹੈਗਾ, ਚੱਲ ਆਹ ਲੈ ਆ ਗੱਟੂ ਧਾਗੇ ਵਾਲਾ 100 ਰੁਪਏ ਦਾ, ਇਹ ਰਹਿੰਦੇ ਕਿ ਵਧੀਆ ਨਹੀਂ ਗਾ, ਆਹ ਦੂਜਾ ਦਿੰਦਾ ਕੋਈ ਦਿਨ ਨਹੀਂ, ਵੇਖਦਾ ਸੀਗਾ, ਅੱਛਾ ਹੈ ਅੱਛਾ, ਡੋਰ ਤਾਂ ਨਾਲੇ ਤੂੰ ਕਹਿੰਦਾ ਤੇਰੇ ਕੋਲ ਖਤਮ ਹੋਈ ਵੀ ਆ, ਹਾਂ ਅੱਛਾ ਇਹ ਚੀਜ਼ ਹੈ ਤਾਂ ਕਰਕੇ ਮਹਿੰਗੀ ਹੋ ਗਈ, ਇਸ ਕਰਕੇ ਕੁਛ ਨਹੀਂ ਹੁੰਦਾ ਨਹੀਂ ਫੜਦਾ ਟੈਨਸ਼ਨ ਨਾਲੇ, ਇਹ ਸੁਬਹ ਲੈ ਕੇ ਬੰਡਲੀ ਬੰਨੀ ਜਾਂਦੇ ਅਸੀਂ ਪੈਸੇ ਦੇ ਤੇ, ਬਸ ਠੀਕ ਆ ਹੁਣ ਜਾਂਦਾ ਰਹੇ, ਉਹ ਨਗ ਵੀ ਆ ਗਏ ਰਾਮੇ ਆਪਣੇ, ਆਇਆ ਉਹ ਰਾਮ ਮਾਲ ਵੀ ਆ ਗਿਆ ਆਪਣਾ,
ਆ ਬਾਈ ਆਇਆ ਰੇੜੇ ਵਾਲਾ, ਇਹ ਹੁਣ ਖੋਲਦਾ ਪਿਆ ਮਾਲ, ਉਦੋਂ ਬਾਅਦ ਵਹਿੰਦੇ ਹਾਂ ਕਿਹੜਾ ਕਿਹੜਾ ਪਤੰਗ ਨਿਕਲਦਾ ਤੁਹਾਨੂੰ ਦੱਸਿਆ ਹੀ ਮੈਂ। ਹਾਂ ਬਾਈ ਬੋਲੋ ਵੀ ਮੋਤੀਆਂ ਸਰਕਾਰੋਂ ਹੈ, ਭੁੱਲ ਗਿਆ ਮੈਂ ਭੁੱਲ ਗਿਆ, ਕਿਉਂ ਕੀ ਹੋ ਗਿਆ ਕੀ ਹੋ ਗਿਆ, ਹੈ ਕਿਹੜੀ ਲੈਣੀ ਹੈ, ਧਾਗੇ ਵਾਲੀ ਵਧੀਆ ਮਿਲ ਜਾਣੀ ਬਸ, ਤਾਂ ਹੋਰ ਕਿਹੜੀ ਡੋਰ, ਹੈ ਕਿਉਂ ਕੀ ਹੋ ਗਿਆ ਟੈਨਸ਼ਨ ਲਿਆ, ਆਹ ਵੇਖ ਧਾਗੇ ਆਰਾਮ ਮੈਂ ਡੋਰਾਂ ਦਿਖਾਈਆਂ ਨੇ ਧਾਗੇ ਵਾਲੀਆਂ, ਦੂਜੀ 12 ਤਾਰ ਦੇ ਇੱਕ ਹੋਰ, ਕੱਲ ਨੂੰ ਆਉਣੀ 16 ਤਾਰ ਡੋਰ ਬੜੀ ਜ਼ਬਰਦਸਤ ਆਉਣੀ ਚ ਲੱਕੜੀ ਵਾਲੀ, ਹੋਊਗੀ ਸਾਰੀ ਧਾਗੇ ਵਾਲੀ ਡੋਰ, ਬਾਰਾਂ ਤਾਰ ਆ ਇਹਦੇ ਵਿੱਚ ਹੋਊਗੀ, 1300 ਮੀਟਰ ਹੁੰਦੀ ਹੈ ਇਹ, ਨਹੀਂ ਨਹੀਂ ਕਾਗਜ਼ ਹੁੰਦਾ ਇਹਦੇ ਥੱਲੇ ਬਹੁਤ ਡੋਰ ਹੁੰਦੀ ਹੈ ਜੀ, ਇਹ 'ਚ ਹਾਏ ਡੋਰ ਤਾਂ ਬਥੇਰੀ ਹੁੰਦੀ ਹੈ, ਇਹ 'ਚ ਹੋਰ ਆ ਵੱਡੀ ਦਿਖਾ ਦੇ ਇੱਕ 'ਚ ਲੱਕੜੀ ਇਹਨੂੰ ਕੱਚ ਵਾਲੀ, ਆਹ ਦੇਖ ਇਹਦਾ ਅੰਦਰ ਵਾਹਵਾ ਹੁੰਦੀ ਡੋਰ ਤਾਂ, 1300 ਮੀਟਰ ਹੁੰਦੀ ਯਾਰ, ਕਿਲੋਮੀਟਰ ਤੋਂ ਜ਼ਿਆਦਾ ਹੋ ਗਈ, 1000 ਮੀਟਰ ਦਾ 1 ਕਿਲੋਮੀਟਰ ਹੋ ਗਿਆ, ਇਹਦੇ ਵਿੱਚ ਵੀ 1300 ਮੀਟਰ ਇਹ 'ਚ ਹੁੰਦੀ ਹੈ, ਇਹ ਬਸ ਦੂਜੀ ਹੁੰਦੀ ਨਾ ਥੋੜ੍ਹੀ ਵਧੀਆ 'ਚ ਆ ਜਾਂਦੀ ਹੈਵੀ 'ਚ, ਚਲੱਖੜੀ ਵਧੀਆ ਲੱਗ ਗਈ ਚਾਹੁੰਦੇ ਜਿਵੇਂ ਕੱਚ ਵਾਲੀ ਲੱਗ ਗਈ, ਆਰਾਮ ਮੈਂ ਪਾ ਲਿਫਾ ਵਿੱਚ ਆਹ ਵਾਲੀ ਛੋਟੀ ਵਾਲੀ ਤੇਲ ਤਾਂ ਭਰਾ ਤੇਲ ਉੱਤੇ ਲਾਈ, ਇਹ ਇੱਕ ਗੱਲ ਤੁਹਾਨੂੰ ਗੱਲ ਦੱਸੀ ਨਹੀਂ ਰਹਿ ਗਈ, ਆਪਣੇ ਕੋਲ ਐਤਕੀ ਡੋਰ ਦੇ ਗੱਟੂ ਆਏ ਆ ਜਿਹੜੇ ਛੋਟੇ ਸਾਈਜ਼ ਦੇ ਧਾਗੇ ਵਾਲੀ ਡੋਰ ਹੈ, ਅਤੇ ਗੱਟੂ ਆਪਣੇ ਬਿਲਕੁਲ ਆਪਾਂ ਨੂੰ ਦੇਖਣ ਦੇ ਮਿਲਣਗੇ, ਜਿਵੇਂ ਕਹਿ ਦਈਏ ਆਪਣੀ ਜਿਵੇਂ ਆਪਣੀ ਚਾਈਨੀਜ਼ ਡੋਰ ਜਿਵੇਂ ਪਲਾਸਟਿਕ ਮੋਨੋਕਾਈਟ ਵਰਗੀ ਡੋਰ ਹੁੰਦੀ ਨਾ, ਉਹਨਾਂ ਨੂੰ ਵੀ ਮਾਦੇ ਨਾਲ ਡੋਰ ਹੈ, ਵੈਸੇ ਧਾਗੇ ਵਾਲੀ ਗੱਟੂ ਬੜੇ ਸੋਹਣੇ ਆ, ਬਾਕੀ ਆਪਾਂ ਜਦੋਂ ਹੁਣ ਖੋਲ੍ਹ ਕੇ ਵੇਖਾਂਗੇ ਧਾਗੇ ਆਪਣੇ ਅੱਡ ਅੱਡ ਵੀ ਹੋ ਜਾਂਦੇ, ਪਰ ਇੰਡੀਅਨ ਡੋਰ ਆ ਇਸ ਕਰਕੇ ਕੋਈ ਉਹਦੇ 'ਚ ਬੈਂਡ ਵਗੈਰਾ ਕੁਛ ਨਹੀਂ, ਉਹ ਆਪਾਂ ਨੋਰਮਲ ਮਿਲ ਸਕਦੇ, ਆਪਣੀ ਦੁਕਾਨ 'ਤੇ ਆ ਕੇ ਜ਼ਰੂਰ ਦੇਖਿਓ ਡੋਰ, ਆਪਣੀ ਬਹੁਤ ਜ਼ਿਆਦਾ ਬੈਸਟ ਕੁਆਲਿਟੀ 'ਚ ਆਪਾਂ ਡੋਰ ਮਿਲੂਗੀ, ਉਹ ਜ਼ਰੂਰ ਦੇਖਿਓ। ਤਾਂ ਫਿਰ ਜਸਟ ਹੁਣੇ ਆ ਕੇ ਆਪਾਂ ਘਰੇ ਬੈਠੇ ਹਾਂ, ਮੈਂ ਬਸ ਹੁਣੇ 2 ਮਿੰਟ ਹੀ ਹੋਏ ਬਸ ਹੁਣੇ ਘਰੇ ਮੈਂ ਪਹੁੰਚਿਆ, ਦੁਕਾਨ ਵਗੈਰਾ ਬੰਦ ਕਰਤੀ ਹੈ, ਅਤੇ ਅੱਜ ਦਾ ਦਿਨ ਵੈਸੇ ਥਕਾਵਟ ਵੀ ਬਹੁਤ ਹੋ ਗਈ, ਸਰੀਰ ਨੂੰ ਕੋਈ ਕੰਮ ਥੋੜ੍ਹਾ ਬਹੁਤ ਜ਼ਿਆਦਾ ਸੀ ਅੱਜ ਤੱਕ ਆਪਣਾ ਦੁਕਾਨ 'ਤੇ, ਬਾਕੀ ਜਿਹੜਾ ਮੈਂ ਤੁਹਾਨੂੰ ਦੱਸਿਆ ਸੀ ਮਾਲ ਵਗੈਰਾ ਆਉਣਾ ਸੀਗਾ, ਉਹ ਆਪਣਾ ਮਾਲ ਆ ਚੁੱਕਾ ਸੀ, ਅਤੇ ਇਸ ਕਰਕੇ ਬਸ ਉਹ ਥੋੜ੍ਹੇ ਬੰਡਲ ਬਣਾਉਣ ਦਾ ਟਾਈਮ ਲੱਗ ਗਿਆ, ਪੂਰਾ ਦਿਨ ਬਸ ਕੰਮ ਹੀ ਕਰਦੇ ਰਹੇ, ਇਸ ਕਰਕੇ ਸਰੀਰ ਪੂਰਾ ਦੁਖਣ ਲੱਗ ਗਿਆ, ਤੁਸੀਂ ਕੋਈ ਤੁਸੀਂ ਵੀਡੀਓ ਦੇ ਵਿੱਚ ਵੇਖੇ ਹੋਊਗਾ, ਇੱਕ ਕਸਟਮਰ ਵੀ ਆਏ ਸੀਗੇ, ਅਤੇ ਇੱਕ ਮੁੰਡਾ ਉੱਥੇ ਰਾਮਾ ਹੈਗਾ ਜਿਹੜਾ ਆਪਣੀ ਦੂਜੀ ਦੁਕਾਨ ਜਿਹੜੀ ਕਿਤਾਬਾਂ ਵਾਲੀ ਦੁਕਾਨ ਹੁੰਦੀ ਆ ਉੱਥੇ ਰਾਮਾ ਹੈਗਾ, ਵੈਸੇ ਤਾਂ ਮੈਂ ਵੀ ਕੰਮ ਹੀ ਕਰਦਾ ਇੱਥੇ, ਅਸੀਂ ਦੋਨੇ ਕੰਮ ਕਰਦੇ, ਉਹ ਰਾਮਾ ਸੀਗਾ ਉਹ ਵੀ ਆ ਗਿਆ ਸੀ ਪਤੰਗਾ ਦੁਕਾਨ 'ਤੇ, ਕੋਈ ਗਾਹਕ ਵਗੈਰਾ ਵੀ ਜ਼ਿਆਦਾ ਸੀਗਾ, ਬਾਕੀ ਮਾਲ ਵੀ ਆਉਣਾ ਸੀਗਾ, ਇਸ ਕਰਕੇ ਉਹਨੂੰ ਵੀ ਮੈਂ ਬੁਲਾ ਲਿਆ ਸੀ ਇਸੇ ਦੁਕਾਨ 'ਤੇ, ਤਾਂ ਮਾਲ ਤੁਹਾਨੂੰ ਮੈਂ ਦਿਖਾਉਣਾ ਜ਼ਰੂਰ ਰਹਿ ਗਿਆ, ਉਹ ਆਪਾਂ ਤੁਹਾਨੂੰ ਕੱਲ੍ਹ ਨੂੰ ਜ਼ਰੂਰੀ ਆਪਣੇ ਕੱਲ੍ਹ ਵਾਲੇ ਵਲੋਗ 'ਤੇ ਤੁਹਾਨੂੰ ਮਾਲ ਦਿਖਾਵਾਂਗਾ ਮੈਂ ਕਿਹੜਾ ਕਿਹੜਾ ਮਾਲ ਨਵਾਂ ਆਇਆ, ਮਾਲ ਆਪਾਂ ਨੂੰ ਕਾਫੀ ਜ਼ਿਆਦਾ ਵਧੀਆ ਮਾਲ ਦੇਖਣ ਨੂੰ ਮਿਲ ਜੂਗਾ, ਪਲਾਸਟਿਕ ਦੀ ਆਈਟਮ ਆਈ ਆ ਭੂਤ ਵਗੈਰਾ ਜਿਵੇਂ ਪਲਾਸਟਿਕ 'ਚ ਹੈ ਨਾ, ਅਤੇ ਮੂਸੇ ਵਾਲਾ ਬਾਕੀ ਬਹੁਤ ਸੋਹਣੇ ਸੋਹਣੇ ਕਨੇਡਾ ਵਰਗੇ ਇੱਦਾਂ ਦੇ ਡਿਜ਼ਾਇਨ ਆਏ ਆ, ਜੋ ਕਿ ਤੁਸੀਂ ਦੇਖ ਕੇ ਰੂਹਾਂ ਖੁਸ਼ ਹੋਣ ਵਾਲੇ ਡਿਜ਼ਾਇਨ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਪਤੰਗਾਂ ਦੇ, ਅਤੇ ਬਾਕੀ ਤੁਸੀਂ ਇੱਕ ਕੰਮ ਜ਼ਰੂਰ ਕਰੋ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਅਤੇ ਆਪਣੇ ਚੈਨਲ ਨੂੰ ਪਲੀਜ਼ ਜ਼ਰੂਰ ਵੱਧ ਤੋਂ ਵੱਧ ਸਪੋਰਟ ਕਰੋ ਮੈਨੂੰ, ਜੋ ਕਿ ਆਪਾਂ ਹੋਰ ਇੱਦੋਂ ਵਧੀਆ ਵਧੀਆ ਅਤੇ ਤਗੜੇ ਵਲੋਗ ਆਪਾਂ ਤੁਹਾਨੂੰ ਹੋਰ ਵੀ ਦਿਖਾ ਸਕੀਏ। ਤਾਂ ਹੁਣ ਮੈਂ ਥੋੜ੍ਹੇ ਟਾਈਮ 'ਚ ਰੋਟੀ ਵਗੈਰਾ ਖਾਊਂਗਾ, ਉਸ ਤੋਂ ਬਾਅਦ ਬਸ ਵੀਡੀਓ ਐਡਿਟ ਕਰਨੀ ਹੈ, ਦੂਜੇ ਜਿਹੜੇ ਆਪਣੇ ਜਿਹੜੀ ਆਪਾਂ ਅੱਜ ਰਾਤ ਨੂੰ ਜਿਹੜੀ ਸੁਬਾਹ ਨਹੀਂ ਸੁਬਾਹ ਆਪਾਂ 2 ਵਜੇ ਉੱਠ ਕੇ ਜਿਹੜੀ ਵੀਡੀਓ ਬਣਾਈ ਆ ਉਹਨੂੰ ਐਡਿਟ ਕਰੂੰਗਾ, ਫਿਰ ਐਡਿਟ ਕਰਨ ਤੋਂ ਬਾਅਦ ਉਸ ਤੋਂ ਬਾਅਦ ਮੈਂ ਆਪਾਂ ਫਿਰ ਪਾਵਾਂਗੇ, ਉਸ ਤੋਂ ਬਾਅਦ ਵੀਡੀਓ ਐਡਿਟ ਕਰਨ ਤੋਂ ਬਾਅਦ ਅਪਲੋਡ ਵੀ ਕਰਨੀ, ਸਾਰਾ ਕੁਛ ਕਰਨ ਵਾਲਾ ਹੈ, ਬਾਕੀ ਪਏਗਾ। ਬਾਕੀ ਹੁਣ ਟਾਈਮ ਆਪਣੇ 9 ਵੱਜ ਗਏ ਆ, ਬਾਕੀ ਹੁਣ ਮੈਂ ਪਹਿਲੂ ਸਾਰਿਆਂ ਪਹਿਲਾਂ ਰੋਟੀ ਰੋਟੀ ਵਗੈਰਾ ਖਾ ਕੇ ਉਸ ਤੋਂ ਬਾਅਦ ਵੀਡੀਓ ਐਡਿਟ ਕਰਕੇ ਫਿਰ ਮੈਂ ਸੌਂਗਾ, ਤਾਂ ਵੀਡੀਓ ਆਪਣਾ ਹੁਣ ਆਪਣਾ ਵਲੋਗ ਇੱਥੇ ਖਤਮ ਕਰਦੇ ਹਾਂ, ਸੋ ਮਿਲਦੇ ਆਪਣੇ ਨੈਕਸਟ ਵਲੋਗ 'ਤੇ, ਟੇਕ ਕੇਅਰ, ਗੁੱਡ ਬਾਏ।